ਕੰਪਰੈਸਰ ਤਾਂ ਕਾਪਣਾ ਜੇ ਤੇ ਕੰਡੀਸ਼ਨ ਛੱਤ ਪਿੱਲਰ ਹੀ ਚੈਨ ਵੱਲ ਲਾਓ ਪੈਸੇ ਛੱਡੋ ਯਾਰ ਸਾਰੀਆਂ ਗੱਲਾਂ ਕੀ ਐਵੇਂ ਖੜਦੇ ਰਹੀਏ ਹਾਂਜੀ ਬੋਨਟ ਖੋਲ ਦਿਓ ਸਾਰੀ ਗੱਡੀ ਓਪਨ ਕਰ ਦਿਓ 18 ਮਾਡਲ ਦੀ GLA 36 ਲੱਖ ਰੁਪਇਆ ਪੂਰੇ ਪਾਕਿਸਤਾਨ ਜਿੰਨੀ ਕੋਈ ਡਿਮਾਂਡ ਕਰਦਾ ਹੀ ਨਹੀਂ ਲੇਕਿਨ ਭਾਈ ਨੇ ਮੈਂ ਗੋਲਡ ਡਿਮਾਂਡ ਕੀਤੀ ਹੈ ਤੁਸੀਂ ਆਫਰ ਦਿਓ ਹੁਣ 36 ਲੱਖ ਰੁਪਇਆ ਇੱਕ ਮਿੰਟ ਗੱਡੀ ਵੇਖ ਲੈਂਦੇ ਹੋ ਬੰਦਿਆਂ ਨੂੰ ਲੈ ਯਾਰ ਜੈਨੂਅਨ ਪੇਂਟ ਹੀ ਪੇਂਟ ਹੋ ਜਾਵੇ ਇਹ ਤਾਂ ਐਵੇਂ ਤਾਂ ਸਹੀ ਗੱਡੀ ਤਾਂ ਨਵੀਂ ਹੈ ਹੈਂ ਉਹ ਕਲਰ ਨੂੰ ਕੀ ਹੈ ਤੇ ਐਂਟੀਕ ਕਲਰ ਹੈ ਯੂਨੀਕ ਕਲਰ ਹੈ ਲੱਭਦੇ ਨਹੀਂ 36 ਲੱਗਾ ਖੜਾ ਹੈ 31 ਲੱਗ ਗਿਆ ਭਾਇਆ ਨਾ ਬਾਬਾ ਮਰੀਨ ਨੇ ਕੱਢ ਵੀ ਮੈਂ ਨਾ 31 ਇੱਧਰ 31 ਦੇ ਠੁਕਣ ਦੇ 31 31 ਹਾਂਜੀ ਬੋਲੀ ਜਾਓ ਧੁੰਦ ਪੈ ਰਹੀ ਹੈ 31 ਚਾਚਾ ਜੀ ਬੋਲੋ 31 ਲੱਖ ਰੁਪਏ ਦੇ ਵਧੋ ਹਾਂਜੀ 55 31 ਖੁੱਲੇ ਦਿਲ ਨਾਲ ਲਾਓ 31 ਕਿੰਨੇ ਦੇਣੇ ਕਿੱਧਰ ਗਏ ਭਾਈ 31 तकरीबन सारी जानवर है डैशबोर्ड की है यार की है यार चेंज हो यार एक्सीडेंट पे है हैं अच्छा डैशबोर्ड की है भाई डैशबोर्ड की है फ्रंट पे फ्रंट सही है काम लगा होना नहीं नहीं काम नहीं लगा ये हवा आ गई है एयर बैग खुले ने ਚਾਚਾ ਕੀ ਹਾਲ ਨੇ ਠੀਕ ਠਾਕ ਹੋਲਾ ਹੈਗਾ ਛੋੜ ਵਾਲੀ ਤੇ ਚੱਲੋ ਬੰਦਾ ਜਗਵਾ ਬੰਦਾ ਜਾ ਰਿਹਾ ਅਸੀਂ ਭੈਣ ਜਰਾ ਇੱਕ ਮਿੰਟ ਬੈਠਾ ਗੱਡੀ ਨਾਲ ਇਹ ਬੈਗ ਨੂੰ ਜਾ ਰਿਹਾ ਕੋਈ ਗੱਲ ਨਹੀਂ ਤੁਸੀਂ ਅਕਾਊਂਟ ਮੈਚ ਕਰੋ ਨਾ ਜਰਾ ਸਕਰੀਨ ਤੇ ਹੁਣੇ ਕਰ ਲੈਂਦੇ ਇੱਥੇ ਰਾਕੇ ਨੂੰ ਉਹਨੇ ਜੋੜ ਨਾ ਪਾਇਆ ਕੁੱਪਾ ਹੀ ਨਾ ਪਾਇਆ ਉਹ ਕੁੱਪਾ ਉਹਦੇ ਨਾਲ ਮੈਚ ਹੀ ਨਹੀਂ ਹੁੰਦਾ ਉਹ ਰਾਹੋਂ ਤੁਹਾਨੂੰ ਵਿਖਾਈਏ ਤੁਹਾਨੂੰ ਵੀ ਤਾਂ ਪਤਾ ਲੱਗੇਗਾ ਯਾਰ ਜੇ ਹਮੇਸ਼ਾ ਗੱਡੀ ਉੱਪਰ ਨਾ ਸਮਝ ਆਵੇ ਤੇ ਇੱਥੇ ਬਹਿ ਕੇ ਵੇਖ ਲਿਆ ਕਰੋ ਪਤਾ ਲੱਗ ਜਾਂਦਾ ਦੋਵੇਂ ਚੀਜ਼ਾਂ ਦੋਵੇਂ ਸਾਡਾ ਇੱਕੋ ਹੀ ਹੋਣੀ ਚਾਹੀਦੀਆਂ ਲਓ ਜੀ ਲਓ ਪੈਸੇ 3170 ਲੱਗ ਗਿਆ ਹਾਂ ਜੀ ਸਟਿਲ ਲਓ ਜੀ ਅਜੇ ਵੀ 3170 ਦੇ ਸਟਿਲ ਨੇ 3170 ਦੇ ਉੱਤੇ ਲਓ ਪੈਸੇ 32 ਲੱਖ ਰੁਪਈਆ ਫੇਰ ਵੀ ਲਓ ਜੀ 32 ਲੱਖ ਰੁਪਏ ਦੇ ਉੱਤੇ ਲਓ ਪੈਸੇ 32 ਲੱਖ ਤੋਂ ਉੱਤੇ 32 ਲੱਖ 5 ਹਜ਼ਾਰ ਵਾਹ ਜੀ ਵਾਹ 32 ਲੱਖ 5 ਹਜ਼ਾਰ 32 ਲੱਖ 5 ਹਜ਼ਾਰ
32,5,000 रुपए तो वधो। हाँ जी 32,5,000 रुपए तो वधो। है कोई दोस्त जी 32,5 तो उत्ते चिट्टे रंग नवा मछली बनी सी बस परसों इथे बेची